जी दोस्तों ये तुसा देते पैवे ये वठुआ है ये बिच्छू जिको आख्या वेंदे और बहु ही जहरीला है और इंदे जहर दा तुसा अंदाजा करके नो के जेड़े इंसान को ये लड़दे तो बहुत ज्यादा यानी उंदे जिस्म दे विच जहर फैल वेंदे और उन्हें जान दा तुरन दा भी खतरा होंदे और ये चुके सहरा दे विच पता वेंदे उठियो कितना वड्डा जहरीला बिच्छू है और असा जिथा मौजूद असे जिथा बहुत सारी दोस्तों के नाल असन महफिल करन दे पे ਡਰਨ ਵਾਲੀ ਗੱਲ ਕਹਿ ਰਹੀ ਚੁੱਕੇ ਖਾਲ ਖਾਲੀ ਪਤਾ ਵੇਂਦੇ ਜਿੱਥਾਂ ਲੋਕ ਬੈਠੇ ਉਹਨਾਂ ਨੂੰ ਉੱਥੇ ਨਹੀਂ ਆਉਣਾ ਲੇਕਿਨ ਇਤਫਾਕ ਨਾਲ ਸਾਰੇ ਦੋਸਤਾਂ ਨੇ ਦੇਖ ਕਿਤੇ ਔਰ ਤੁਸੀਂ ਦੇਖੋ ਕਿ ਇਹ ਕੂਆ ਜਿਹੜਾ ਹੈ ਨਾ ਬੜਾ ਮੋਟਾ ਹੈ ਔਰ ਕੂਏ ਦੇ ਬਾਰੇ ਜੇ ਅੱਗੇ ਆ ਕੇ ਕਿ ਜ਼ਹਿਰ ਨਾਲ ਕੈਂਸਰ ਦਾ ਵੀ ਇਲਾਜ ਹੈ ਔਰ ਕੈਂਸਰ ਇੱਕ ਮੂਜ਼ੀ ਮਰਜ਼ ਹੈ ਔਰ ਮੂਜ਼ੀ ਮਰਜ਼ ਦਾ ਇਲਾਜ ਵੀ ਮੂਜ਼ੀ ਜਾਨਵਰ ਦੇ ਨਾਲ ਹੈ ਮੂਜ਼ੀ ਜਾਨਵਰ ਦੇ ਜ਼ਹਿਰ ਨਾਲ ਹੈ ਔਰ ਇਹ ਜ਼ਹਿਰ ਨਾਲ ਹੀ ਕੈਂਸਰ ਦੇ ਬਹੁਤ ਸਾਰੇ ਜਿਹੜੇ ਹੁਕਮਾਂ ਹਨ ਤਬੀਬ ਹਨ ਜਾਂ ਤਿੱਬ ਜਿਹੜੀ ਹੈ ਪਈ ਸਾਰੀ ਉਹ ਤਿੱਬ ਇਹਨੂੰ ਤਾਂ ਬਹੁਤ ਜ਼ਿਆਦਾ ਰਿਸਰਚ ਕਰ ਚੁੱਕੀ ਹੈ ਔਰ ਇਹਦੇ ਜ਼ਹਿਰ ਨਾਲ ਮੂਜ਼ੀ ਮਰਜ਼ ਦਾ ਕੈਂਸਰ ਦਾ ਇਲਾਜ ਹੈ ਪਿਆ ਅਤੇ ਇਵੇਂ ਹੀ ਚਾਲਿਸਤਾਨ ਦੇ ਵਿੱਚ ਬਹੁਤ ਸਾਰੇ ਹਸ਼ਰਾਤ ਪਾਤੇ ਵੇ ਨੇ ਉਹਦੇ 'ਚ ਨਾਂਗ ਹਨ ਕਈ ਕਿਸਮ ਦੇ ਉਹਦੇ 'ਚ ਲੁੰਡੀ ਇੱਕ ਨਾਂਗ ਪਾਤਾ ਵੇਂਦੇ ਡੂ ਮੂਹਾਂ ਇੱਕ ਨਾਂਗ ਪਾਤਾ ਵੇਂਦੇ ਔਰ ਇਹ ਜਿਹੜਾ ਵਠੂਆ ਹੈ ਇਹ ਵਠੂਆ ਜਿਹੜਾ ਨਾ ਵੀ ਪਾਤਾ ਵੇਂਦੇ ਔਰ ਦੇਖੋ ਨਾ ਇਹ ਬਹੁਤ ਹੀ ਵੱਡਾ ਸਾਰਾ ਵਠੂਆ ਹੈ ਔਰ ਬੜਾ ਜ਼ਹਿਰੀਲਾ ਵਠੂਆ ਹੈ ਇਹ ਅਗਰ ਅਣਜਾਣੇ 'ਚ ਕਈ ਇਨਸਾਨ ਕੋ ਅਗਰ ਡੰਗ ਮਾਰ ਕੇ ਲਿਆ ਤਾਂ ਉਹ ਜ਼ਿਆਦਾ ਇਹਦਾ ਨੁਕਸਾਨ ਹੈ ਹੀ ਔਰ ਉਹਦੇ ਇਨਸਾਨੀ ਜਾਨ ਵੰਜਣ ਦਾ ਵੀ ਖਤਰਾ ਹੀ ਪਿਆ ਅਤੇ ਅਸਾਂ ਜਿਹੜਾ ਨਾ ਇਹ ਜੀ ਵੇਲੇ ਜਿੱਥੇ ਮੌਜੂਦ ਹੈ ਤੁਸੀਂ ਮੌਸੀਕੀ ਵੀ ਸੁਣਦੇ ਪਏ ਹੋਏ ਔਰ ਅਸਾਂ ਇਹ ਦੇਖਦੇ ਪਏ ਹਾਂ ਕਿ ਇੱਕ ਵਠੂਆ ਜਿਹੜਾ ਨਾ ਉਸ ਅਸਾਂ ਉਹ ਜਿਹੜਾ ਨਾ ਤੁਹਾਡੇ ਸਾਹਮਣੇ ਦਿਖੇਦੇ ਪਏ ਹਾਂ ਤਾਂ ਤੁਸੀਂ ਦੇਖੋ ਕਿ ਇਹ ਵਠੂਏ ਦਾ ਜਿਹੜਾ ਜ਼ਹਿਰੀਲੇ ਜਿਹੜੇ ਮਾਦੇ ਹਨ ਉਹ ਇਹ ਦੋਵੇਂ 'ਚ ਪਾਤੇ ਵੇ ਨੇ ਔਰ ਇੱਥਾਂ ਜਿਹੜੇ ਇਹਦੇ ਸਾਹਮਣੇ ਵਾਲੇ ਹਿੱਸੇ ਦੇ ਵਿੱਚ ਜਿਹੜਾ ਨਾ ਇਹ ਜਿਹੇ ਵੇਲੇ ਡੰਗ ਬਣੇ ਨੇ ਤਾਂ ਇਨਸਾਨੀ ਜਿਸਮ ਦੇ ਵਿੱਚ ਆਪਣਾ ਜ਼ਹਿਰ ਭੇਜ ਦਿੰਦੇ ਔਰ ਉਹ ਜ਼ਹਿਰ ਜਿਹੜਾ ਨਾ ਇਨਸਾਨੀ ਜ਼ਿੰਦਗੀ ਕੋ ਦੇ ਖਾਤਮੇ ਦਾ ਬਾਇਸ ਵੀ ਬਣ ਸਕਦੇ ਹੈ ਬਹੁਤ ਮਿਹਰਬਾਨੀ ਅਸਾਂ ਰੋਹੀ 'ਚ ਹੈ ਔਰ ਇਨਸ਼ਾਅੱਲਾ ਰੋਹੀ ਦੇ ਹਵਾਲੇ ਨਾਲ ਮੈਂ ਵੀ ਚੀਜ਼ਾਂ ਤੁਹਾਨੂੰ ਸ਼ੇਅਰ ਕਰਾਂਦੇ ਰਹਿ ਇਹ ਦੇਖੇ ਸਾਂਪ ਕੋ ਇਹ ਚੁਕੇ ਯਹਾਂ ਕੀ ਸੌਗਾਤ ਹੈ ਚੁਕੇ ਅਸ਼ਰਾਤ ਅੱਛਾ ਛੋਟਾ ਸਾ ਸਾਂਪ ਹੈ ਅਭੀ ਬੱਚਾ ਹੈ ਜ਼ਾਲਮ ਸਾਂਪ ਹੈ ਅੱਛਾ ਇਸਕੋ ਕਹਤੇ ਹੈ ਇੱਕ ਖਪਰਾ ਸਰ ਇਹ ਛੋਟਾ ਸਾ ਸਾਂਪ ਸਪਿਟ ਕਰਦਾ ਹੈ ਪਿੱਛੇ ਪਿੱਛੇ ਇਹ ਬੱਚਾ ਹੈ ਅਭੀ ਅੱਛਾ ਅਭੀ ਇਹ ਬੱਚਾ ਹੈ ਇਸਕੋ ਦੋਸਤੋ ਇਹ ਇੱਕ ਖਪਰਾ ਨਾਂਗ ਅਸਾਂ ਇਹ ਖਪਰਾ ਕਹਿੰਦੇ ਖਪਰਾ ਨਾਂਗ ਔਰ ਚਲਿਸਤਾਨ ਦੇ ਵਿੱਚ ਚੁਕੇ ਖੈਰ ਖੈਰ ਤੁਸਾਂ ਚੁਕੇ ਇਹ ਵੀ ਜੰਗਲੀ ਹਯਾਤ ਹੈ ਔਰ ਦੇਖੋ ਹਾਲੀ ਵੀ ਉਹ ਹਾਲੀ ਵੀ ਸਾਹ ਗਿੰਦਾ ਪਿਆ ਔਰ ਇਹਦੇ ਵਿੱਚ ਕੁਝ ਸਾਵਾਂ ਮੌਜੂਦ ਹਨ ਬਹਰਹਾਲ ਇਹ ਵੀ ਛੋਟਾ ਬੱਚਾ ਹੈ ਖੈਰ ਤੋ ਅਭੀ ਕਿਉਂਕਿ ਰੋਹੀ ਹੈ ਚੁਲਿਸਤਾਨ ਹੈ ਆਪ ਕਹਿ ਸਕਤੇ ਹੈ ਕਿ ਸਹਰਾ ਮੇ ਯਹਾਂ ਕੀ ਜੋ ਜੰਗਲੀ ਹਯਾਤ ਹੈ ਵੋ ਵੀ ਆਪਕੋ ਅਭੀ ਥੋੜੀ ਦੇਰ ਪਹਿਲੇ ਹਮਨੇ ਆਪਕੋ ਇੱਕ ਬਿੱਛੂ ਜੋ ਹੈ ਨਾ ਵੋ ਉਸਕਾ ਸਾਹਮਣਾ ਹੁਆ ਅਭੀ ਇੱਕ ਹਮਨੇ ਸਾਂਪ ਦੇਖ ਲਿਆ ਮੈਂ ਮਹਿਮਾਨੋ ਕੇ ਲੀਏ ਥੋੜੀ ਪਰੇਸ਼ਾਨੀ ਵਾਲੀ ਬਾਤ ਹੈ ਲੇਕਿਨ ਪਰੇਸ਼ਾਨ ਹੋਣੇ ਵਾਲੀ ਬਾਤ ਪਰੇਸ਼ਾਨ ਨਹੀਂ ਹੋਣਾ ਯਹਾਂ ਕੀ ਰਾਤੇ ਅਭੀ ਚੁਕੇ ਗਰਮੀਆਂ ਜਾਣੇ ਵਾਲੀ ਹੈ ਸਰਦੀਆਂ ਆ ਰਹੀ ਹੈ ਤੋ ਇਸ ਤਰ੍ਹਾਂ ਕੀ ਜੋ ਅਸ਼ਰਾਤ ਹੈ ਵੋ ਆਪਕੋ ਮਿਲਤੀ ਹੈ ਔਰ ਡਰਨੇ ਕੀ ਕੋਈ ਬਾਤ ਨਹੀਂ ਹੈ ਜਿਸ ਤਰ੍ਹਾਂ ਯਹਾਂ ਕੀ ਰਾਤੇ ਖੂਬਸੂਰਤ ਹੈ ਤੋ ਯੇ ਚੀਜ਼ੇ ਜੋ ਮਕਾਮੀ